ਲਾਈਵ ਭਾਰਤ ਦੇ ਹੈਲਥ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਸਿਹਤ ਦੇ ਬਾਰੇ ਅਤੇ ਇਹ ਸਟੀਕ ਜਾਣਕਾਰੀ ਜੋ ਕਿ ਤੁਹਾਨੂੰ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਸਾਰਾ ਉਮਰ ਆਪਣੇ ਸਰੀਰ ਨੂੰ ਸਿਹਤਮੰਦ ਬਣਾ ਸਕਦੇ ਹੋ ਅਤੇ ਜੇ ਕੋਈ ਕ੍ਰਿਟੀਕਲ ਇਲਨੈਸ ਵੀ ਆਉਂਦੀ ਹੈ ਤਾਂ ਉਹਦੇ ਟਾਈਮ ਰਹਿੰਦੇ ਉਹਦੇ ਲਈ ਤੁਸੀਂ ਇਲਾਜ ਵੀ ਕਰਾ ਸਕਦੇ ਹੋ। ਤਾਂ ਸਾਡੇ ਨਾਲ ਮੌਜੂਦ ਹਨ ਡਾਕਟਰ ਨਾਗਪਾਲ ਜੀ, ਬਹੁਤ ਹੀ ਮਸ਼ਹੂਰ ਹਸਤੀ ਅੰਮ੍ਰਿਤਸਰ ਦੀ ਗੱਲ ਕਰੀਏ ਸਪੈਸ਼ਲਿਸਟ ਵੀ ਹਨ ਅਤੇ ਇਹਨਾਂ ਨਾਲ ਗੱਲ ਕਰਾਂਗੇ। ਸਰ ਸਵਾਗਤ ਤੁਹਾਡਾ ਲਾਈਵ ਭਾਰਤ 'ਚ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਕਿ ਲਾਸਟ 7th of April ਨੂੰ ਵਰਲਡ ਹੈਲਥ ਡੇ ਮਨਾਇਆ ਗਿਆ, ਹੈਲਥ ਡੇ ਉਦੋਂ ਹੀ ਮਨਾਉਣਾ ਵਧੀਆ ਹੁੰਦਾ ਜਦੋਂ ਸਾਰਿਆਂ ਨੂੰ ਹੈਲਥ ਆਪਾਂ ਦੇ ਸਕਦੇ ਹਾਂ, ਅਤੇ ਸਾਰਿਆਂ ਨੂੰ ਹੈਲਥੀ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਅੱਜ? ਮੈਂ ਸਭ ਤੋਂ ਪਹਿਲੇ ਲਾਈਵ ਭਾਰਤ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਨੂੰ ਆਮ ਲੋਕਾਂ ਨਾਲ ਮਿਲਣ ਦਾ ਮੌਕਾ ਦੇ ਰਹੇ ਹੋ। ਦੂਸਰਾ, ਵਿਸਾਖੀ ਆਉਣ ਵਾਲੀ ਹੈ, ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਸ਼ੁਭਕਾਮਨਾਵਾਂ, ਖਾਸ ਤੌਰ 'ਤੇ ਮੇਰੇ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੇ ਮਿਹਨਤਾਂ ਕਰਕੇ ਫਸਲਾਂ ਪੈਦਾ ਕੀਤੀਆਂ ਅਤੇ ਹੁਣ ਕੱਟਣ ਦਾ ਵੇਲਾ ਆਇਆ ਹੋਇਆ। ਅੱਜ ਅਸੀਂ ਗੱਲਬਾਤ ਕਰੀਏ ਵਰਲਡ ਹੈਲਥ ਡੇ ਬਾਰੇ। ਆਪ ਜੀ ਨੂੰ ਸਭ ਨੂੰ ਗਿਆਨ ਹੋਏਗਾ ਕਿ UNO ਨਾਮਕ ਜਿਹੜੀ ਸੰਸਥਾ ਹੈ ਸਾਰੀ ਦੁਨੀਆ ਵਿੱਚ ਸਾਰੇ ਦੇਸ਼ਾਂ ਨੂੰ ਗਾਈਡੈਂਸ ਦਿੰਦੀ ਹੈ ਵੱਖਰੇ ਵੱਖਰੇ ਮਸਲਿਆਂ ਦੇ ਉੱਤੇ। ਉਹਨਾਂ ਦਾ ਇੱਕ ਅੱਗੋਂ ਮੈਂਬਰ ਗਰੁੱਪ ਹੈ ਜਿਹਨੂੰ ਅਸੀਂ WHO ਕਹਿੰਦੇ ਹਾਂ, ਵਰਲਡ ਹੈਲਥ ਔਰਗਨਾਈਜੇਸ਼ਨ, ਜਿਹੜੀ ਸਿਹਤ ਸੰਬੰਧੀ ਲੋਕਾਂ ਨੂੰ ਸਲਾਹ ਮਸ਼ਵਰਾ ਦਿੰਦੀ ਹੈ ਅਤੇ ਦੇਸ਼ਾਂ ਨੂੰ ਆਪਸ ਵਿੱਚ ਮਿਲਾਉਂਦੀ ਹੈ, ਉਹਨਾਂ ਨੂੰ ਪ੍ਰੋਬਲਮਸ ਬਾਰੇ ਆਗਾਹ ਕਰਦੀ ਹੈ ਅਤੇ ਪ੍ਰੋਬਲਮ ਨੂੰ ਸੋਲਵ ਕਰਨ ਦਾ ਰਸਤਾ ਦੱਸਦੀ ਹੈ। ਇਸ ਲਈ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਹਰ ਸਾਲ ਇੱਕ ਨਵੀਂ ਥੀਮ ਦੇਣ ਦਾ ਤਰੀਕਾ ਬਣਾਇਆ ਹੈ, ਹਰ ਸਾਲ ਉਹ ਇੱਕ ਨਵਾਂ ਸਲੋਗਨ ਦਿੰਦੇ ਹੈ ਅਤੇ ਇਸ ਸਾਲ ਦਾ ਸਲੋਗਨ ਸੀ ਮਾਈ ਹੈਲਥ ਮਾਈ ਰਾਈਟ। ਅਗਰ ਤੁਸੀਂ ਇਸ ਸਬਜੈਕਟ ਨੂੰ ਬੋਲ ਕੇ ਦੇਖੋ ਮਾਈ ਹੈਲਥ ਮਾਈ ਰਾਈਟ, ਤਾਂ ਤੁਸੀਂ ਦੇਖਣਾ ਕਿ ਤੁਹਾਨੂੰ ਬੋਲਦੇ ਸਾਰ ਹੀ ਤੁਹਾਡੀ ਬੋਡੀ ਵਿੱਚ ਐਨਰਜੀ ਆਏਗੀ ਕਿ ਇਹ ਮੇਰਾ ਹੱਕ ਹੈਗਾ, ਮੇਰੀ ਸਿਹਤ ਮੇਰਾ ਹੱਕ ਹੈ, ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਵਾ। ਸੋ ਤੁਸੀਂ ਫੌਰਨ ਐਨਰਜੈਟਿਕ ਹੋ ਜਾਂਦੇ ਹੋ ਆਪਣੇ ਹੱਕ ਨੂੰ ਪ੍ਰਾਪਤ ਕਰਨ ਲਈ। ਸੋ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਇਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਦੋਂ ਇਹ ਟੀਚਾ ਦਿੱਤਾ ਤਾਂ ਅਸੀਂ ਵੀ ਇਹਦੇ ਬਾਰੇ ਸੋਚਿਆ। ਅਸੀਂ ਇਹ ਸਮਝਦੇ ਹਾਂ ਕਿ ਹੈਲਥ ਵਾਸਤੇ ਸਭ ਤੋਂ ਪਹਿਲੇ ਬਹੁਤ ਜ਼ਰੂਰੀ ਹੈ ਕਿ ਸਾਫ਼ ਹਵਾ ਮਿਲੇ, ਸਾਫ਼ ਪਾਣੀ ਮਿਲੇ, ਰਹਿਣ ਲਈ ਸਾਫ਼ ਵਾਤਾਵਰਨ ਅਤੇ ਸਾਫ਼ ਘਰ ਮਿਲੇ ਜਿਹੜਾ ਸੇਫ ਹੋਵੇ। ਉਸ ਤੋਂ ਬਾਅਦ ਮੈਨੂੰ ਦਵਾਈਆਂ ਅਤੇ ਬਿਮਾਰੀਆਂ ਤੋਂ ਮੁਕਤ ਹੋਣ ਲਈ ਜੋ ਚੀਜ਼ਾਂ ਦੀ ਲੋੜ ਹੈ ਉਹ ਵੇਲੇ ਨਾਲ ਮਿਲਣ, ਉੱਥੇ ਮਿਲਣ ਜਿੱਥੇ ਮੈਂ ਰਹਿੰਦਾ ਹਾਂ ਅਤੇ ਮੌਜੂਦ ਹੋਣ ਹਰ ਵੇਲੇ ਜਦੋਂ ਮੈਂ ਚਾਹਾਂ। ਜੇ ਮੈਨੂੰ ਰਾਤ ਨੂੰ ਮੰਨ ਲਓ ਐਪੈਂਡਿਸਾਈਟਿਸ ਹੋ ਗਿਆ ਅਤੇ ਮੈਨੂੰ ਰਾਤ ਨੂੰ ਓਪਰੇਸ਼ਨ ਦੀ ਫੈਸਿਲਿਟੀ ਮਿਲੇ, ਇਹ ਨਾ ਹੋਵੇ ਕਿ ਮੈਨੂੰ 500 ਕਿਲੋਮੀਟਰ ਜਾਂ 400 ਕਿਲੋਮੀਟਰ ਦੂਰ ਟਰੈਵਲ ਕਰਕੇ ਜਗ੍ਹਾ ਮਿਲੇ। ਪੰਜਾਬ ਵਿੱਚ ਰਹਿਣ ਵਾਲੇ ਲੋਕ ਸ਼ਾਇਦ ਇਹ ਮਹਿਸੂਸ ਨਹੀਂ ਕਰ ਸਕਦੇ, ਸਾਡੇ ਦੇਸ਼ ਵਿੱਚ ਕਈ ਥਾਵਾਂ 'ਤੇ ਬਹੁਤ ਬੁਰਾ ਹਾਲ ਹੈ ਅਤੇ ਕਿੰਨੇ ਕਿੰਨੇ ਸੈਂਕੜੇ ਕਿਲੋਮੀਟਰ ਜਾ ਕੇ ਤੁਹਾਨੂੰ ਪਹਿਲੀ ਮੁੱਢਲੀ ਸਿਹਤ ਦੀ ਫੈਸਿਲਿਟੀ ਮਿਲਦੀ ਹੈ। ਸੋ ਸਾਡਾ ਹੱਕ ਹੈ ਕਿ ਸਾਨੂੰ ਸਿਹਤ ਸਾਡੇ ਘਰ ਦੇ ਕੋਲ ਮਿਲੇ, ਪੂਰੀ ਮੁਕੰਮਲ ਫੈਸਿਲਿਟੀ ਮਿਲੇ ਜੋ ਸਾਨੂੰ ਚਾਹੀਦਾ, ਅਤੇ ਬਹੁਤ ਇੰਪੋਰਟੈਂਟ ਹੈ ਕਿ ਉਹਦੇ ਨਾਲ ਮੇਰੀ ਪੋਕਿਟ 'ਤੇ ਬੁਰਾ ਅਸਰ ਨਾ ਪਵੇ। ਮੈਨੂੰ ਜਿਹੜੀ ਸਿਹਤ ਮਿਲੇ ਉਹ ਅਫੋਰਡੇਬਲ ਹੋਵੇ, ਮੇਰੀ ਜੇਬ ਦੇ ਮੁਤਾਬਕ ਹੋਵੇ ਅਤੇ ਹੋ ਸਕੇ ਤਾਂ ਉਸ ਮੁਫਤ ਹੀ ਹੋਵੇ। ਇੱਥੇ ਸਭ ਤੋਂ ਅੱਛਾ ਹੋਵੇ ਕਿ ਸਰਕਾਰ ਹੀ ਉਹਦੀ ਕੇਅਰ ਕਰੇ। ਇਹਨਾਂ ਹੱਕਾਂ ਦੀ ਰਾਖੀ ਲਈ ਇਹ ਫਿਰ ਸਲੋਗਨ ਬਣਾਇਆ ਗਿਆ ਹੈ। ਮੈਂ ਅੱਜ ਦੇ ਸੁਨੇਹੇ ਰਾਹੀਂ ਆਪਣੇ ਪੋਲੀਟੀਸ਼ੀਅਨਸ ਨੂੰ ਇਹ ਕਹਿੰਦਾ ਵਾਂ ਕਿ ਸਾਨੂੰ ਇਹ ਚੀਜ਼ਾਂ ਸਾਡੇ ਹੱਕ ਹੈਗੇ, ਸਾਨੂੰ ਦਿਓ। ਸਾਡੇ ਪੋਲੀਟੀਸ਼ੀਅਨਸ ਨੂੰ ਮੈਂ ਯਾਦ ਕਰਾਉਂਦਾ ਵਾਂ ਕਿ ਸਾਡੇ ਦੇਸ਼ ਦਾ 1.35% ਬਜਟ ਹੈ ਉਹ ਹੈਲਥ ਦੇ ਉੱਤੇ ਖਰਚਿਆ ਜਾਂਦਾ। ਕਿੰਨਾ ਮਾਮੂਲੀ ਖਰਚਾ ਤੁਸੀਂ ਕਰਦੇ ਹੋ। ਅਮੈਰੀਕਾ ਦਾ 16.7% ਜਿਹੜਾ ਬਜਟ ਹੈ ਉਹ ਹੈਲਥ ਦੇ ਉੱਤੇ ਜਾਂਦਾ। ਤੁਸੀਂ ਦੇਖੋ ਕਿ ਉਹ ਕੰਟਰੀਜ਼ ਆਪਣੇ ਲੋਕਾਂ ਦਾ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਦੇ। ਮੈਂ ਤਾਂ ਕਹਿੰਦਾ ਇਸ ਤੋਂ ਵੀ ਜ਼ਿਆਦਾ ਹੋਣਾ ਚਾਹੀਦਾ, 16.7% ਤੋਂ ਵਧੇ ਤਾਂ ਕਿ ਉੱਥੋਂ ਦੇ ਲੋਕ ਹੋਰ ਖੁਸ਼ ਹੋਣ, ਅਤੇ ਸਾਡਾ ਦੇਖੋ 1.35% ਹੈਗਾ। ਸੋ ਅੱਜ ਮੈਂ ਪੋਲੀਟੀਸ਼ੀਅਨਸ ਨੂੰ ਸੱਦਾ ਦੇ ਰਿਹਾ, ਤੁਸੀਂ ਵੋਟਾਂ ਲੈਣ ਲਈ ਸਾਡੇ ਘਰ ਆ ਰਹੇ ਹੋ, ਸਾਡੀ ਸਿਹਤ ਦਾ ਧਿਆਨ ਰੱਖੋ, ਸਾਡੇ ਹੱਕ ਸਾਨੂੰ ਦਿਓ। ਨਾਲ ਦੇ ਨਾਲ ਮੈਂ ਇੱਕ ਸੁਨੇਹਾ ਹੋਰ ਦੇਣਾ ਚਾਹੁੰਦਾ ਹਾਂ
ਕਿ ਇਹ ਹੱਕ ਮੰਗਣਾ ਤਾਂ ਠੀਕ ਹੈ, ਸਾਡਾ ਅਧਿਕਾਰ ਹੈਗਾ, ਲੇਕਿਨ ਨਾਲ ਡਿਊਟੀਆਂ ਵੀ ਸਮਝੋ। ਜੇ ਅਸੀਂ ਕਲੀਨ ਏਅਰ ਦੀ ਗੱਲ ਕੀਤੀ ਹੈ ਤਾਂ ਕਿਰਪਾ ਕਰਕੇ ਹਵਾ ਵਿੱਚ ਦੂਸ਼ਿਤ ਪਦਾਰਥ ਤੁਸੀਂ ਵੀ ਨਾ ਸੁੱਟੋ। ਪੈਟਰੋਲ, ਕੋਲਾ ਬਾਲਣਾ, ਲੱਕੜ ਬਾਲਣਾ ਅਤੇ ਖੇਤਾਂ ਨੂੰ ਅੱਗ ਲਗਾ ਕੇ ਧੂੰਆਂ ਪੈਦਾ ਕਰਨਾ, ਮੈਂ ਕਿਸਾਨਾਂ ਦੀ ਮਜ਼ਬੂਰੀ ਵੀ ਸਮਝਦਾ ਹਾਂ, ਅਤੇ ਪਰ ਵਾਤਾਵਰਨ ਵੀ ਖਰਾਬ ਹੁੰਦਾ। ਸਰਕਾਰ ਨੂੰ ਚਾਹੀਦਾ ਕੋਈ ਐਸਾ ਸਾਧਨ ਲੱਭੇ ਕਿ ਕਿਸਾਨਾਂ ਨੂੰ ਬਿਨਾਂ ਖਰਚ ਕੀਤਿਆਂ ਉਹਨਾਂ ਨੂੰ ਵਾਤਾਵਰਨ ਦੂਸ਼ਿਤ ਕਰਨ ਦਾ ਮੌਕਾ ਨਾ ਦਿੱਤਾ ਜਾਏ। ਉਹਨਾਂ ਦਾ ਖਰਚਾ ਸਰਕਾਰ ਸੰਭਾਲੇ ਤਾਂ ਕਿ ਉਹ ਕਿਸ ਤਰ੍ਹਾਂ ਅਸੀਂ ਆਪਣੀ ਪੈਲੀਆਂ 'ਚੋਂ ਹੋਣ ਵਾਲੇ ਪੈਦਾ ਹੋਣ ਵਾਲੇ ਪਦਾਰਥਾਂ ਨੂੰ ਅੱਗ ਲਾਉਂਦੇ ਹਾਂ, ਸਾਨੂੰ ਅੱਗ ਨਾ ਲਾਉਣੀ ਪਵੇ। ਇਹ ਸਰਕਾਰ ਦਾ ਕੰਮ ਹੈ। ਸੋ ਇਹਨੂੰ ਕੀਤਾ ਜਾਏ। ਕਲੀਨ ਏਅਰ, ਕਲੀਨ ਵਾਟਰ, ਪਾਣੀ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ। ਸਾਡੀ ਸਿਹਤ ਸਹੂਲਤਾਂ ਜਿਹੜੀਆਂ ਸਾਡੇ ਮੁੱਢਲੇ ਪ੍ਰਾਇਮਰੀ ਹੈਲਥ ਸੈਂਟਰ ਹੈ, ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਅਸੀਂ ਖੁਸ਼ ਹਾਂ, ਪਰ ਹੋਰ ਕਰਨੀਆਂ ਚਾਹੀਦੀਆਂ, ਫੈਸਿਲਿਟੀਆਂ ਜ਼ਿਆਦਾ ਵਧਣੀਆਂ ਚਾਹੀਦੀਆਂ। ਸੋ ਉਹਦੇ ਨਾਲ ਨਾਲ ਸਾਡੀ ਵੀ ਡਿਊਟੀ ਹੈ, ਇਨਸਾਨਾਂ ਦੀ, ਜਿਹੜੇ ਸਾਡੇ ਅਸੀਂ ਜਿਹੜੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ, ਸਾਡੀ ਵੀ ਡਿਊਟੀ ਕਿ ਅਸੀਂ ਇਹਨਾਂ ਚੀਜ਼ਾਂ ਦੀ ਸਫਾਈ ਆਪ ਵੀ ਬਰਕਰਾਰ ਰੱਖੀਏ। ਜੀ ਬਿਲਕੁਲ ਸਹੀ ਕਿਹਾ ਕਿ ਸਫਾਈ ਆਪ ਵੀ ਬਰਕਰਾਰ ਰੱਖੇ, ਕਿਉਂਕਿ ਸਾਡੀ ਸਿਹਤ ਸਭ ਤੋਂ ਪਹਿਲਾਂ ਸਾਡੇ ਇਨਵਾਇਰਮੈਂਟ ਤੋਂ ਵਿਗੜਦੀ ਹੈ, ਅਤੇ ਅਸੀਂ ਆਸ ਪਾਸ ਜੇ ਸਾਫ਼ ਰੱਖਾਂਗੇ ਤਾਂ ਆਪਣੀ ਸਿਹਤ ਨੂੰ ਬਚਾ ਸਕਦੇ ਹਾਂ। ਜੇ ਸਾਰੇ ਆਪਣਾ ਆਸ ਪਾਸ ਸਾਫ਼ ਸੁਥਰਾ ਰੱਖਣਾ ਸ਼ੁਰੂ ਕਰ ਦੇਣ ਤਾਂ ਸ਼ਹਿਰ ਅਤੇ ਦੇਸ਼ ਜ਼ਰੂਰ ਸਾਫ਼ ਸੁਥਰਾ ਹੋ ਜਾਏਗਾ। ਅਤੇ ਦੂਸਰੀ ਗੱਲ ਕਰੀਏ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਆ ਜਾਂਦੀ ਹੈ, ਸ਼ੂਗਰ ਦੀ ਆ ਜਾਂਦੀ ਹੈ, ਪੇਸ਼ੈਂਟ ਨੂੰ ਬਿਮਾਰੀ ਨਾਲੋਂ ਜ਼ਿਆਦਾ ਪੈਨਿਕ ਜਿਹੜਾ ਨਾ ਉਹ ਜ਼ਿਆਦਾ ਮਾਰਦਾ, ਇਹਦੇ ਬਾਰੇ ਤੁਹਾਡਾ ਕੀ ਸੁਝਾਅ ਜੀ? ਆਪ ਜੀ ਨੇ ਗੱਲ ਕੀਤੀ, ਇਹ ਗੱਲ ਦਰੁਸਤ ਹੈ। ਵੈਸੇ ਸਭ ਤੋਂ ਪਹਿਲੇ ਤਾਂ ਅਨਸਰਟੇਨਿਟੀ ਹੁੰਦੀ ਨਾ ਕਿ ਜਿਹੜੀ ਬਿਮਾਰੀ ਮੈਨੂੰ ਆ ਗਈ ਹੈ ਉਹ ਮੇਰਾ ਹੁਣ ਕੀ ਵਿਗਾੜੇਗੀ। ਮੈਂ ਉਦਾਹਰਨ ਦਿੰਦਾ ਸ਼ੂਗਰ ਦੇ ਰੋਗ ਪ੍ਰਤੀ, ਜਿਹਦੇ ਵੱਲ ਮੈਂ ਜ਼ਿਆਦਾ ਧਿਆਨ ਦਿੰਦਾ ਵਾਂ, ਅਤੇ ਸ਼ੂਗਰ ਦਾ ਰੋਗ ਸੁਣਦਿਆਂ ਸਾਰੇ ਕਈ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਖੌਫ ਪੈ ਜਾਂਦਾ ਕਿ ਪਤਾ ਨਹੀਂ ਹੁਣ ਮੈਂ ਕਿੰਨੇ ਦਿਨ ਜੀਵਾਂਗਾ, ਜਾਂ ਮੇਰਾ ਪੈਰ ਕੱਟਣਾ ਪਏਗਾ, ਜਾਂ ਮੈਨੂੰ ਹਾਰਟ ਅਟੈਕ ਹੋਏਗਾ। ਸ਼ੂਗਰ ਦੇ ਰੋਗ ਵਿੱਚ ਪੈਨਿਕ ਤੋਂ ਬਚਣ ਲਈ ਸਭ ਤੋਂ ਪਹਿਲੇ ਇਹ ਨੋਟ ਕਰੋ ਕਿ ਸ਼ੂਗਰ ਇੱਕ ਨੋਰਮਲ ਚੀਜ਼ ਹੈ। ਸ਼ੂਗਰ ਤਾਂ ਸਾਰਿਆਂ ਦੇ ਸਰੀਰ ਦੇ ਅੰਦਰ ਹੁੰਦੀ ਹੈ, ਜਿਹਨੂੰ ਅਸੀਂ ਗਲੂਕੋਸ ਕਹਿੰਦੇ ਹਾਂ। ਜਦੋਂ ਮੈਂ ਸਵੇਰੇ ਸੁੱਤਾ ਉੱਠਦਾ ਵਾਂ, ਮੈਂ ਹੈਲਦੀ ਹਾਂ, ਅਤੇ ਮੇਰੀ ਸ਼ੂਗਰ 100 ਦੇ ਨੇੜੇ ਤੇੜੇ ਜਾਂ 100 ਦੇ ਅੰਦਰ ਹੁੰਦੀ ਹੈ। ਲੇਕਿਨ ਜੇ ਕਿਸੇ ਬੰਦੇ ਦੀ 150 ਨਿਕਲੇ ਤਾਂ ਅਸੀਂ ਉਹਨੂੰ ਕਹੀਦਾ ਵੀ ਤੁਹਾਨੂੰ ਸ਼ੂਗਰ ਦਾ ਰੋਗ ਹੋ ਗਿਆ। ਇੱਕ ਥੋੜ੍ਹੇ ਜਿਹੇ ਫਰਕ ਨਾਲ ਹੀ ਉਹ ਬਿਮਾਰ ਗਿਣਿਆ ਜਾਂਦਾ ਹੈ। ਯੈਸ, ਸੱਚ ਹੈ ਕਿ ਜੇ ਸ਼ੂਗਰ ਵੱਧ ਰਹੇਗੀ ਤਾਂ ਅੰਗਾਂ ਨੂੰ ਨੁਕਸਾਨ ਕਰੇਗੀ, ਪਰ ਇਹ ਵੀ ਤਾਂ ਨਾਲ ਸੋਚੋ ਨਾ ਕਿ ਜੇ ਇਹਨੂੰ ਮੈਂ ਕਾਬੂ ਕਰ ਲਵਾਂਗਾ ਤਾਂ ਮੇਰਾ ਕੁਛ ਵਿਗਾੜੇਗੀ ਨਹੀਂ। ਸੋ ਅਗਰ ਤੁਸੀਂ ਸ਼ੂਗਰ ਦੇ ਰੋਗ ਦੇ ਨਾਲ ਪੀੜਿਤ ਹੋ ਗਏ ਹੋ ਤਾਂ ਡਰਨਾ ਬਿਲਕੁਲ ਨਹੀਂ ਹੈਗਾ, ਤੁਸੀਂ ਐਕਸ਼ਨ ਲੈਣਾ। ਐਕਸ਼ਨ ਕੀ ਲੈਣਾ? ਅਸੀਂ ਆਪਣਾ ਪਰਹੇਜ਼ ਕਰਕੇ, ਆਪਣਾ ਵਜ਼ਨ ਨੂੰ ਕੰਟਰੋਲ ਕਰਕੇ, ਅਸੀਂ ਸੈਰ ਕਰਕੇ, ਅਤੇ ਫਿਰ ਜੇ ਲੋੜ ਹੋਵੇ ਤਾਂ ਪ੍ਰੋਪਰ ਦਵਾਈ ਖਾ ਕੇ ਆਪਣੇ ਸ਼ੂਗਰ ਲੈਵਲ ਨੂੰ ਜੇ ਨੋਰਮਲ ਰੱਖੀਏ ਤਾਂ ਫਿਰ ਸਾਨੂੰ ਪੈਨਿਕ 'ਚ ਜਾਣ ਦੀ ਲੋੜ ਨਹੀਂ। ਇਹਦੇ ਨਾਲ ਮੈਂ ਇੱਕ ਅੱਜ ਮੌਕਾ ਮੈਨੂੰ ਮਿਲ ਗਿਆ ਵੈ ਗੱਲ ਕਰਨ ਦਾ ਕਿ ਇਨਸੁਲਿਨ ਬਾਰੇ ਵੀ ਗੱਲ ਕਰਾਂ। ਇਨਸੁਲਿਨ ਬਾਰੇ ਮੈਂ ਜਦੋਂ ਵੀ ਆਪਣੇ ਪੇਸ਼ੈਂਟ ਨਾਲ ਗੱਲ ਕਰਦਾ ਕਿ ਤੁਹਾਨੂੰ ਇਨਸੁਲਿਨ ਦੀ ਜ਼ਰੂਰਤ ਹੈ, ਤਾਂ ਉਹਨਾਂ 'ਚੋਂ ਬਹੁਤ ਸਾਰੇ ਸੱਚਮੁੱਚ ਫਿਰ ਪੈਨਿਕ ਵਿੱਚ ਚਲੇ ਜਾਂਦੇ। ਗੱਲ ਇਹ ਵੈ ਕਿ ਇਨਸੁਲਿਨ ਵੈਸੇ ਤਾਂ ਸਾਡੀ ਬੋਡੀ ਦਾ ਇੱਕ ਨੈਚੁਰਲ ਪਦਾਰਥ ਹੈ ਜਿਹੜਾ ਸਾਡੇ ਪੈਂਕਰੀਆਸ ਵੱਲੋਂ ਹਰ ਵੇਲੇ ਹਰ ਰੋਜ਼ ਪੈਦਾ ਹੋ ਰਿਹਾ ਵੈ, ਅਤੇ ਅਗਰ ਇਹ ਸਾਡੀ ਬੋਡੀ ਵਿੱਚ ਥੁੜ ਗਿਆ ਵੈ, ਜਾਂ ਜੇ ਮੇਰੀ ਬੋਡੀ ਦਾ ਇਨਸੁਲਿਨ ਅੱਛਾ ਕੰਮ ਨਹੀਂ ਕਰ ਰਿਹਾ, ਤਾਂ ਫਿਰ ਬਾਹਰੋਂ ਇਨਸੁਲਿਨ ਲਾਉਣ ਦੀ ਲੋੜ ਹੈ ਨਾ। ਅਤੇ ਅਗਰ ਮੈਂ ਇਨਸੁਲਿਨ ਲਾ ਕੇ ਆਪਣੀ ਸ਼ੂਗਰ ਨੂੰ ਅੱਛੀ ਤਰ੍ਹਾਂ ਕਾਬੂ ਕਰ ਲਵਾਂਗਾ ਅਤੇ ਕਈ ਤਰ੍ਹਾਂ ਦੀ ਕੰਪਲੀਕੇਸ਼ਨਸ ਤੋਂ ਬਚਾਂਗਾ। ਮੇਰੀਆਂ ਅੱਖਾਂ ਨੂੰ, ਮੇਰੇ ਦਿਲ ਨੂੰ, ਮੇਰੇ ਗੁਰਦਿਆਂ ਨੂੰ, ਮੇਰੇ ਸਾਰੇ ਨਾੜੀ ਸੰਸਥਾਨ ਨੂੰ ਬਚਾਅ ਰਹੇਗਾ ਅਗਰ ਮੈਂ ਵੇਲੇ ਨਾਲ ਆਪਣੀ ਇਨਸੁਲਿਨ ਦੀ ਮਦਦ ਲੈ ਕੇ ਕੰਟਰੋਲ ਕਰ ਲਾਂ ਸ਼ੂਗਰ ਨੂੰ, ਅਤੇ ਇਹਨਾਂ ਅੰਗਾਂ ਦਾ ਬਚਾਅ ਕੀਤਾ ਜਾ ਸਕਦਾ। ਸੋ ਪਲੀਜ਼, ਜਦੋਂ ਕਦੀ ਵੀ ਤੁਹਾਡੇ ਡਾਕਟਰ ਦੱਸਦੇ ਹੈ ਤਾਂ ਇਨਸੁਲਿਨ ਤੋਂ ਘਬਰਾਓ ਨਹੀਂ, ਪੈਨਿਕ ਵਿੱਚ ਨਹੀਂ ਆਓ ਅਤੇ ਮਨਾ ਵੀ ਨਾ ਕਰੋ। ਬਹੁਤ ਲੋਕਾਂ ਨੂੰ ਇਨਸੁਲਿਨ ਸਿਰਫ ਟੈਂਪਰੇਰੀ ਲੋੜ ਹੁੰਦੀ ਹੈ ਅਤੇ ਉਹਨਾਂ ਦੀ ਇਨਸੁਲਿਨ ਵਕਤ ਪਾ ਕੇ ਛੁੱਟ ਵੀ ਸਕਦੀ ਹੈ। ਕੁਛ ਲੋਕਾਂ ਨੂੰ ਪਰਮਾਨੈਂਟ ਲੋੜ ਹੁੰਦੀ ਹੈ, ਅਤੇ ਜੇ ਪਰਮਾਨੈਂਟ ਲੋੜ ਹੈ ਤਾਂ ਵੀ ਲਵੋ ਤਾਂ ਕਿ ਤੁਸੀਂ ਸਿਹਤਮੰਦ, ਲੰਬਾ ਅਤੇ ਹੈਲਦੀ ਜੀਵਨ ਜੀ ਸਕੋ।
ਸਰ ਇੱਕ ਹੋਰ ਸਵਾਲ ਤਾਂ ਕਿ ਸ਼ੂਗਰ ਤਾਂ ਇੱਕ ਬਿਮਾਰੀ ਜਿਹੜੀ ਹੈ ਸਰੀਰ ਵਿੱਚ ਆਉਂਦੀ ਹੈ, ਅਤੇ ਸਟਾਰਟਿੰਗ ਦੇ ਵਿੱਚ ਕਿਹੜੇ ਸਿਮਟਮ ਹੁੰਦੇ ਆ ਜਿਹੜੇ ਸਿਮਟਮ ਤੋਂ ਬੰਦਾ ਪਛਾਣ ਲਵੇ ਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਆ ਰਹੀ ਹੈ ਤਾਂ ਆਪਣਾ ਬਚਾਅ ਕਰ ਸਕੇ? ਜਿਹੜੇ ਕਲਾਸੀਕਲ ਸਿਮਟਮ ਹੈ ਨਾ ਸ਼ੂਗਰ ਦੇ, ਉਹ ਹੋ ਗਿਆ ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਅਤੇ ਫਿਰ ਸਾਨੂੰ ਭੁੱਖ ਵੀ ਜ਼ਿਆਦਾ ਲੱਗਣਾ। ਅਤੇ ਇਹਦੇ ਨਾਲ ਇੱਕ ਹੋਰ ਵੀ ਹੈ ਕਿ ਜੇ ਆਪ ਮੁਹਾਰੇ ਹੀ ਵਜ਼ਨ ਘਟੀ ਜਾ ਰਿਹਾ, ਮੈਂ ਕੋਸ਼ਿਸ਼ ਵੀ ਨਹੀਂ ਕਰਦਾ ਤਾਂ ਵੀ ਮੇਰਾ ਵਜ਼ਨ ਘਟੀ ਜਾਂਦਾ, ਮੈਂ ਥੱਕਿਆ ਥੱਕਿਆ ਰਹਿੰਦਾ ਵਾਂ, ਮੇਰੀ ਬੋਡੀ 'ਤੇ ਕੋਈ ਜ਼ਖਮ ਹੋ ਗਿਆ ਜਿਹੜਾ ਜਲਦੀ ਹੀਲ ਨਹੀਂ ਹੋ ਰਿਹਾ, ਇਹ ਵਾਲੇ ਕੁਛ ਮੁੱਢਲੇ ਚਿੰਨ੍ਹ ਹੈਗੇ ਜਿਨ੍ਹਾਂ ਤੋਂ ਤੁਸੀਂ ਪਛਾਣ ਸਕਦੇ ਹੋ ਕਿ ਸ਼ੂਗਰ ਦਾ ਰੋਗ ਆ ਗਿਆ ਹੋਵੇ। ਇਹ ਪਿਸ਼ਾਬ ਦਾ ਜ਼ਿਆਦਾ ਆਉਣਾ ਬਹੁਤ ਇੰਪੋਰਟੈਂਟ ਹੈ। ਆਫਕੋਰਸ ਕਈ ਬਜ਼ੁਰਗਾਂ ਨੂੰ 60 ਸਾਲ ਦੇ ਕੋਲ ਜਾਂ ਇੰਨੀ ਉਮਰ ਵਿੱਚ ਆਦਮੀਆਂ ਅਤੇ ਔਰਤਾਂ ਨੂੰ ਪਿਸ਼ਾਬ ਜ਼ਿਆਦਾ ਵਾਰੀ ਆਉਂਦਾ, ਪਰ ਇਸ ਉਮਰ 'ਚ ਸ਼ੂਗਰ ਵੀ ਤਾਂ ਆ ਸਕਦੀ ਹੈ ਨਾ। ਸੋ ਇਹਦਾ ਇੱਕੋ ਹੀ ਸਾਧਨ ਹੈ ਕਿ ਜੇ ਤੁਹਾਨੂੰ ਕਦੀ ਇਹਨਾਂ ਵਿੱਚੋਂ ਕੋਈ ਚਿੰਨ੍ਹ ਹੋਵੇ, ਸ਼ਿਕਾਇਤ ਹੋਵੇ, ਤਾਂ ਫੌਰਨ ਆਪਣੀ ਸ਼ੂਗਰ ਚੈੱਕ ਕਰਾਓ। ਅਤੇ ਏਜ ਗਰੁੱਪ ਦੀ ਗੱਲ ਕਰੀਏ ਕਿ ਕਿੰਨੀ ਏਜ ਗਰੁੱਪ 'ਤੇ ਆ ਕੇ ਆਪਣੇ ਆਪ ਨੂੰ ਹੈਲਥੀ ਰੱਖਣ ਲਈ ਸ਼ੂਗਰ ਦਾ ਇੱਕ ਰੂਟੀਨ ਟੈਸਟ ਕਰਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਜੀ? ਅਸੀਂ ਸਭ ਤੋਂ ਪਹਿਲੇ ਤਾਂ ਇਹ ਸੋਚਦੇ ਹੁੰਦੇ ਸੀ ਕਿ ਸ਼ੂਗਰ ਦਾ ਰੋਗ ਆਮ ਤੌਰ 'ਤੇ ਮਿਡਲ ਏਜ ਅਤੇ ਓਲਡ ਏਜ ਦਾ ਹੈਗਾ ਵੈ, ਲੇਕਿਨ ਇਹ ਗੱਲ ਖਤਮ ਹੈ। ਸ਼ੂਗਰ ਦਾ ਰੋਗ ਅੱਜ ਕੱਲ੍ਹ ਜਲਦੀ ਲੋਕਾਂ ਵਿੱਚ ਅਪੀਅਰ ਹੋਣ ਲੱਗ ਗਿਆ ਵੈ। ਫਿਰ ਵੀ ਅਗਰ ਅਸੀਂ ਇਹਨੂੰ ਨੈਸ਼ਨਲ ਲੈਵਲ 'ਤੇ ਲਈਏ ਤਾਂ ਹਰ ਇੱਕ ਬੰਦੇ ਦਾ ਸ਼ੂਗਰ 'ਤੇ ਨਹੀਂ ਟੈਸਟ ਕੀਤਾ ਜਾ ਸਕਦਾ ਨਾ। ਸੋ ਮੇਰਾ ਪਰਸਨਲ ਮਸ਼ਵਰਾ ਵੈ ਕਿ ਤੁਸੀਂ 35 ਜਾਂ 40 ਦੇ ਕੋਲ ਹਰ ਸਾਲ ਇੱਕ ਵਾਰੀ ਆਪਣੀ ਸ਼ੂਗਰ ਜ਼ਰੂਰ ਚੈੱਕ ਕਰਾਓ। ਅਤੇ ਜੀ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ, ਕਿਉਂਕਿ ਸ਼ੂਗਰ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ ਆਪਣੇ ਸਿਹਤ ਨੂੰ ਚੰਗਾ ਦਰੁਸਤ ਰੱਖਣ ਲਈ, ਕਿਉਂਕਿ ਇੱਕ ਤਰ੍ਹਾਂ ਇੱਕ ਬਿਮਾਰੀ ਆ ਜਾਂਦੀ ਹੈ, ਅਗਰ ਜੇ ਕੰਟਰੋਲ ਨਾ ਕਰੀਏ ਤਾਂ ਸਾਡੇ ਸਰੀਰ ਵਿੱਚ ਹੋਰ ਵੀ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਜੋ ਕਿ ਬਾਅਦ 'ਚ ਆ ਕੇ ਲਾ ਇਲਾਜ ਹੋ ਜਾਂਦੀ ਆ। ਅਤੇ ਸਮੇਂ ਰਹਿੰਦੇ ਅਗਰ ਜੇ ਉਹਨਾਂ ਦਾ ਖਿਆਲ ਰੱਖਿਆ ਜਾ ਸਕੇ, ਬਿਮਾਰੀ ਦਾ ਇਲਾਜ ਕੀਤਾ ਜਾ ਸਕੇ, ਤਾਂ ਆਪਾਂ ਸਿਹਤਮੰਦ ਜੀਵਨ ਲੰਬਾ ਜੀ ਸਕਦੇ ਹਾਂ। ਅਤੇ ਇਸੇ ਤਰ੍ਹਾਂ ਦੇ ਹੈਲਥ ਅਪਡੇਟ ਨਾਲ ਜੁੜਨ ਲਾਜ ਭਾਰਤ ਨਾਲ ਫਿਰ ਕਿਸੇ ਹੈਲਥ ਅਪਡੇਟ ਨਾਲ ਤੁਹਾਡੇ ਰੂਬਰੂ ਹੋਵਾਂਗੇ। ਜੈ ਹਿੰਦ, ਜੈ ਭਾਰਤ।